ਸਸਤੀ ਗੱਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਆਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੋ ਕਿ ਪੀਐਨਬੀ ਬੈਂਕ ਦੇ ਵਿੱਚ ਨਿਕਲ ਕੇ ਆ ਚੁੱਕਿਆ ਹੈ ਜੀ 2021 ਦੀ ਨਵੀਂ ਭਰਤੀ ਹੈ ਬਿਨਾ ਪੇਪਰ ਤੋਂ ਡਾਇਰੈਕਟ ਭਰਤੀ ਹੋਏਗੀ ਇਸ ਦੇ ਵਿੱਚ 8ਵੀਂ 10ਵੀਂ 12ਵੀਂ ਦੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਕਿਹੜੀ ਕਿਹੜੀ ਵੈਕੈਂਸੀ ਆਊਟ ਕੀਤੀ ਗਈ ਹੈ ਕੌਣ ਕੌਣ ਐਲੀਜੀਬਲ ਹੋਣ ਵਾਲਾ ਹੈ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰ ਚ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਉਗੇ ਵੈਕੈਂਸੀਸ ਦੀ ਗੱਲ ਕਰਾਂ ਤਾਂ ਹੋਰ ਵੀ ਕਈ ਵੈਕੈਂਸੀਸ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ ਜਾਣਾ ਹੈ Google ਦੇ ਵਿੱਚ ਔਰ ਟਾਈਪ ਕਰਨਾ ਹੈ meetacademy.xyz ਉਥੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟਸ ਜਿਹੜੇ ਨੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਜੌਬ ਚਾਹੇ ਪ੍ਰਾਈਵੇਟ ਹੋਣ ਸੈਂਟਰ ਦੀ ਹੋਣ ਸਟੇਟ ਦੀ ਹੋਣ ਕਿਸੇ ਵੀ ਤਰ੍ਹਾਂ ਦੀ ਵੈਕੈਂਸੀਸ ਨੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਨਾਲ ਦੀ ਨਾਲ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਗਵਮ ਜੌਬ ਦੀ ਤਿਆਰੀ ਵੀ ਕਰ ਰਹੇ ਹੋ ਉਦੇ ਲਈ ਵੈਬ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਉਥੋਂ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਦੋ ਤੋਂ ਤਿੰਨ ਨਵੀਆਂ ਵੈਕੈਂਸੀਸ ਬਿਲਕੁਲ ਫਰੈਸ਼ ਵੈਕੈਂਸੀਸ ਜਿਹੜੀਆਂ ਨੇ ਪੰਜਾਬ ਦੇ ਲਈ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ इवन ਕਿ ਲਿੰਕ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਦੇ ਦੇਵਾਂਗਾ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਜੀ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦੇ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਤੇ ਉੱਥੇ ਜਾ ਕੇ ਡਿਸਕਸ ਕਰਦੇ ਆ ਕੰਪਲੀਟ ਇਨਫੋਰਮੇਸ਼ਨ ਭਰਤੀ ਦੇ ਬਾਰੇ ਵਿੱਚ ਇਹ ਵੈਕੈਂਸੀ ਜਿਹੜੀਆਂ ਨੇ ਜੀ ਨੋਟੀਫਿਕੇਸ਼ਨ ਰੀਲੀਜ਼ ਹੋ ਚੁੱਕਾ ਹੈ ਜੋ ਕਿ ਪੰਜਾਬ ਨੈਸ਼ਨਲ ਬੈਂਕ ਦੇ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ 올 ਇੰਡੀਆ ਕੈਂਡੀਡੇਟ ਜਿਹੜੇ ਨੇ ਜੀ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਨੋਟੀਫਿਕੇਸ਼ਨ 5 ਦਸੰਬਰ 2021 ਨੂੰ ਰੀਲੀਜ਼ ਕੀਤਾ ਗਿਆ ਸੀਗਾ ਸੋ ਇਸ ਦੇ ਵਿੱਚ ਜਿਹੜਾ ਜੀ ਐਪਲੀਕੇਸ਼ਨ ਸਟਾਰਟ ਹੋ ਚੁੱਕੇ 10 ਦਸੰਬਰ 2021 ਤੋਂ ਅਪਲਾਈ ਕਰਨ ਦੀ ਲਾਸਟ ਡੇਟ ਜਿਹੜੀ ਹੈ ਜੀ ਉਹ ਰਹੇਗੀ 20 ਦਸੰਬਰ 2021 ਇਹਦੇ ਵਿੱਚ 올 ਮੇਲ ਅਤੇ ਫੀਮੇਲ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਅੱਗੇ ਵਧਣ ਤੋਂ ਪਹਿਲਾਂ ਇੱਕ ਇੰਪੋਰਟੈਂਟ ਗੱਲ ਤੁਹਾਡੇ ਨਾਲ ਸ਼ੇਅ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟ ਆ ਰਹੇ ਸੀਗੇ ਕਿ ਅਸੀਂ ਬੈਂਕ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਅਸੀਂ ਕਿੱਦਾਂ ਬੈਂਕ ਐਗਜ਼ਾਮ ਕਰੈਕ ਕਰ ਸਕਦੇ ਹਾਂ ਸੋ ਤੁਹਾਡੇ ਸਾਰਿਆਂ ਲਈ ਅਨ ਅਕੈਡਮੀ ਲੈ ਕੇ ਆਏ ਹੈ ਬੈਸਟ ਐਜੂਕੇਟਰਸ ਵੱਲੋਂ ਜੋ ਕਿ SBI PO ਜਾਂ ਕਿਸੇ ਹੋਰ ਬੈਂਕ ਐਗਜ਼ਾਮ ਦੀ ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਇਹਨਾਂ ਦਾ ਜਿਹੜਾ ਸਬਸਕ੍ਰਿਪਸ਼ਨ ਪੈਕ ਹੈ ਉਹ ਲੈ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਕਾਫੀ ਸਾਰੀ ਤਿਆਰੀ ਜਿਹੜੀ ਕਰਵਾਈ ਜਾਏਗੀ ਫੁੱਲ ਸਿਲੇਬਸ ਕਵਰ ਕੀਤਾ ਜਾਏਗਾ ਜੀ ਪੀਡੀਐਫ ਸਟਡੀ ਮਟੀਰੀਅਲ ਵੀ ਪ੍ਰੋਵਾਈਡ ਕੀਤਾ ਜਾਏਗਾ ਔਰ ਜਿਹੜੇ ਟੈਸਟ ਹੋਣਗੇ ਉਹਨਾਂ ਤੇ ਅਨਲਿमिटेड ਐਕसेस ਵੀ ਤੁਹਾਨੂੰ ਦਿੱਤਾ ਜਾਏਗਾ ਈਵਨ ਕਿ ਅਗਰ ਤੁਸੀਂ ਸੀਈਟੀ ਦੀ ਤਿਆਰੀ ਵੀ ਕਰ ਰਹੇ ਹੋ ਉਹਦੇ ਲਈ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਵਧੀਆ ਤੇ ਸਟਰੋਂਗ ਲਾਈਨ ਅਪ ਜਿਹੜਾ ਹੈ ਜੀ ਬੈਚਸ ਲਈ ਇਹਨਾਂ ਕੋਲ ਹੈਗਾ ਜਿਹਦੇ ਵਿੱਚ ਪ੍ਰੈਕਟੀਕਲ ਬੈਚਸ ਹੋਣਗੇ ਸਾਰੇ ਬੈਂਕਸ ਦੇ ਲਈ ਠੀਕ ਹੈ ਜੀ ਔਰ ਤੁਹਾਡਾ ਪੱਕਾ ਫਾਊਂਡੇਸ਼ਨ ਹੋਏਗਾ ਜੋ ਕਿ ਤੁਹਾਡਾ ਸਾਰੇ ਬੈਂਕ ਦੀ ਤਿਆਰੀ ਦੇ ਲਈ ਔਰ ਇਹਨਾਂ ਵੱਲੋਂ ਹੀ ਅਲੱਗ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਜੀਡੀ ਨੇ ਬੈਚਸ ਨੂੰ ਚਲਾਏ ਜਾ ਰਹੇ ਨੇ ਜਿਨ੍ਹਾਂ ਲਈ ਤੁਸੀਂ ਇਹਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਦੇ ਵਿੱਚ ਤੁਹਾਡੇ ਸਾਰੇ ਹੀ ਡਾਊਟ ਜਿਹੜੇ ਨੇ ਸੈਸ਼ਨ ਦੇ ਵਿੱਚ ਹੀ ਕਲੀਅਰ ਹੋ ਜਾਣਗੇ ਔਰ ਤੁਸੀਂ ਆਪਣਾ ਡਾਊਟ ਜਿਹੜਾ ਜੀ ਬੋਲ ਸਕਦੇ ਹੋ ਬੈਂਕ ਕਮੈਂਟ ਦੇ ਵਿੱਚ ਤੇ ਜਿਹੜੇ ਨੇ ਤੁਹਾਨੂੰ ਹੋਣ ਜਾ ਰਿਹਾ ਜੋ ਕਿ ਇਹਨਾਂ ਦੇ ਆਲਟਰਨੇਟ ਸੰਡੇਜ਼ ਨੂੰ ਹੁੰਦੇ ਨੇ ਔਰ ਇਹਦੇ ਵਿੱਚ ਤੁਸੀਂ 1 ਕਰੋੜ ਤੱਕ ਦਾ ਸਕਾਲਰਸ਼ਿਪ ਪੂਲ ਜਿਹੜਾ ਜੀ ਉਹ ਜਿੱਤ ਸਕਦੇ ਹੋ ਔਰ ਇਸ ਦੇ ਵਿੱਚ ਤੁਹਾਨੂੰ ਸਾਰੇ ਜਿਹੜੇ ਫੀਚਰਸ ਨੇ ਮਿਲਣਗੇ ਕਿ ਤੁਹਾਨੂੰ ਪ੍ਰਾਇ ਦਿੱਤੀ ਜਾਏਗੀ ਲਾਈਵ ਕਲਾਸਿਸ ਦੇ ਵਿੱਚ ਔਰ ਇਸ ਦੇ ਵਿੱਚ ਤੁਸੀਂ ਇਹਨੂੰ ਸਬਸਕ੍ਰਾਈਬ ਕਰਨ ਦੇ ਲਈ ਜਿਹੜੇ ਨੇ ਅਗਰ ਤੁਸੀਂ ਕਰਨਾ ਚਾਹੁੰਦੇ ਹੋ 24 ਮੰਥ ਦਾ ਜਿਹੜਾ ਹੈ ਜੀ 390 ਰੁਪੀਆ ਪਰ ਮੰਥ ਨੂੰ ਸਬਸਕ੍ਰਿਪਸ਼ਨ ਚਾਰਜ ਸਪੇ ਕਰਕੇ ਤੁਸੀਂ ਲੈ ਸਕਦੇ ਹੋ ਔਰ ਅਗਰ ਤੁਸੀਂ ਮੇਰਾ ਕੋਡ ਯੂਜ਼ ਕਰਦੇ ਹੋ ਹਰਮਨ 10 ਤਾਂ ਤੁਹਾਨੂੰ 10% ਦਾ ਇਨਸਟੈਂਟ ਜਿਹੜਾ ਹੈ ਜੀ ਉਹ ਮਿਲ ਜਾਏਗਾ ਔਰ ਇਹ ਤਰ੍ਹਾਂ ਜੀ ਦਸੰਬਰ ਆਫਰ ਜਿਹੜਾ ਬੈਂਕ ਦਾ ਹੈ ਉਹ ਚੱਲ ਰਿਹਾ ਹੈ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਨੇ ਜਲਦੀ ਨਾਲ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਹੁਣ ਅਸੀਂ ਗੱਲ ਕਰ ਲੈਨੇ ਆਂ ਭਰਤੀ ਦੇ ਬਾਰੇ ਵਿੱਚ ਨੈਕਸਟ ਅਗਰ ਗੱਲ ਕਰੀਏ ਇਸ ਵਿੱਚ ਵੈਕੈਂਸੀਸ ਦਿੱਤੀਆਂ ਜਿਸ ਸਵੀਪਰ ਦੀ ਵੈਕੈਂਸੀ ਸੀ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਜੋ ਕਿ 41 ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਤੇ ਇਸ ਦੇ ਵਿੱਚ ਅਗਰ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਦੀ ਜੋ ਕਿ ਐਸ ਪਰ ਰੂਲ ਨਜ਼ਰ ਆ ਰਹੇਗਾ ਇਸ ਦੇ ਵਿੱਚ ਤੁਸੀਂ ਆਫਲਾਈਨ ਜਿਹੜੇ ਜੀ ਅਪਲਾਈ ਕਰਨਾ ਹੋਵੇਗਾ ਪੀਐਨਬੀ ਬੈਂਕ ਦੇ ਵਿੱਚ ਰਿਕਰੂਟਮੈਂਟ ਦੇ ਲਈ ਤੁਸੀਂ ਇੱਥੇ ਕਲਿੱਕ ਕਰਨਾ ਹੈ ਆਫਲਾਈਨ ਫਾਰਮ ਜਿਹੜਾ ਜੀ ਤੁਸੀਂ ਡਾਊਨਲੋਡ ਕਰ ਲੈਣਾ ਉਹਨੂੰ ਫਿਲ ਅਪ ਕਰਕੇ ਨਾ ਦਿੱਤੇਗੇ ਐਡਰੈਸ ਦੇ ਉੱਪਰ ਤੁਸੀਂ ਸੈਂਡ ਕਰਨਾ ਹੋਵੇਗਾ ਆਲ ਇੰਡੀਆ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਨੋਟੀਫ ਆਪਣੀ ਸਾਰੀ ਡਿਟੇਲ ਭਰ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਜਿਹੜਾ ਜੀ ਸੈਂਡ ਕਰਨਾ ਹੋਏਗਾ ਇਸ ਦੇ ਵਿੱਚ ਸਾਰੇ ਡਾਕੂਮੈਂਟ ਨਾਲ ਤੁਸੀਂ ਅਟੈਚ ਕਰ ਦੇਣੇ ਨੇ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਏਗਾ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਲਿੰਕ ਸਾਰੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦਵਾਂਗਾ ਜਲਦੀ ਨਾਲ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰ ਲਵੋ ਜੀ ਸੋ ਮਿਲਾਂਗਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ